ਪੰਜਾਬ ਦੀ ਜਿਹੜੀ ਆਪ ਮਹਾਰੇ ਰਾਜਨੀਤੀ ਆ ਜਿਹੜੀ ਉਹਨੂੰ ਸੁਰਜੀਤ ਕਰਨਾ ਚਾਹੁੰਦੇ ਆ, ਤਾਂ ਜੋ ਜਿਹੜੇ ਨੌਜਵਾਨ ਆ ਵੱਧ ਚੜ ਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇ ਰਹੇ ਆ ਜੀ, ਅਤੇ ਬਹੁਤ ਵਧੀਆ ਜਿਹੜਾ ਹੁੰਗਾਰਾ ਮਿਲ ਰਿਹਾ ਪੰਜਾਬ 'ਚ। ਪੰਜਾਬ ਦੇ ਵਿੱਚੋਂ ਜਿਹੜਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਉਹ ਇਹੀ ਆ ਵੀ ਜਿਹੜੇ ਸਾਡੇ ਭਰਾ ਜਿਹੜੇ ਪਿੱਛੇ ਜੇ ਜਿਵੇਂ ਭਾਈ ਦੀਪ ਸਿੰਘ ਸਿੱਧੂ ਆਪਣੇ ਨੌਜਵਾਨੀ ਨੂੰ ਜਗਾਉਂਦੇ ਉਹ ਆਪਣੇ ਪ੍ਰਾਣ ਜਿਹੜੇ ਖੋ ਬੈਠੇ ਸੀਗੇ, ਉਸ ਕਰਕੇ ਨੌਜਵਾਨੀ ਆ ਜਿਹੜੀ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਉਹ ਗੱਲ ਹੋਈ ਆ, ਅਤੇ ਨੌਜਵਾਨ ਜਾਗੇ ਆ ਇਸ ਵਾਰ, ਅਤੇ ਇਸ ਵਾਰ ਸਾਰੀਆਂ ਪਾਰਟੀਆਂ ਦੇਖ ਚੁੱਕਿਆ, ਅਤੇ ਇਸ ਲਈ ਉਹ ਇਸ ਪੰਜਾਬ ਦੀ ਜਿਹੜੀ ਆਪ ਮਹਾਰੇ ਰਾਜਨੀਤੀ ਆ ਜਿਹੜੀ ਉਹਨੂੰ ਸੁਰਜੀਤ ਕਰਨਾ ਚਾਹੁੰਦੇ ਆ, ਤਾਂ ਜੋ ਜਿਹੜੇ ਨੌਜਵਾਨ ਆ ਵੱਧ ਚੜ ਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇ ਰਹੇ ਆ ਜੀ, ਅਤੇ ਬਹੁਤ ਵਧੀਆ ਜਿਹੜਾ ਹੁੰਗਾਰਾ ਮਿਲ ਰਿਹਾ ਪੰਜਾਬ, ਕਿਉਂਕਿ ਸਾਡੀ ਪਾਰਟੀ ਜਿਹੜੀ ਆ ਮੀਰੀ ਪੀਰੀ ਦੇ ਸਿਧਾਂਤ ਦੇ ਜਿਹੜੇ ਲੈ ਕੇ ਚੱਲਦੀ ਆ, ਅਤੇ ਮੀਰੀ ਪੀਰੀ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਉਹੀ ਸਾਰਿਆਂ ਨੂੰ ਇੱਕ ਜਿਹੜਾ ਬਰਾਬਰਤਾ ਦਾ ਹੱਕ ਦਿੱਤਾ ਵਾ ਉਹ ਅਸੀਂ ਲੈ ਕੇ ਸਾਰਿਆਂ ਨਾਲ ਚੱਲਦੇ ਹਾਂ, ਅਤੇ ਜਿਹੜੇ ਜਿੰਨੇ ਵੀ ਸਾਡੇ ਲੋਕ ਆ ਅਸੀਂ ਸਾਰਿਆਂ ਨੂੰ ਇੱਕੋ ਹੀ ਹੋਕਾ ਦਿੰਦੇ ਹਾਂ ਵੀ ਆਪਾਂ ਪਹਿਲਾਂ ਪੰਜਾਬ ਦੇ ਜਿਹੜੀ ਪੰਜਾਬੀਅਤ ਹੋਈਏ ਉਹ ਤੋਂ ਬਾਅਦ ਆਪਣੇ ਆਪਣੇ ਧਰਮਾਂ 'ਚ ਪੱਕੇ ਹੋਈਏ, ਅਤੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨਾਂ ਨੂੰ ਵੱਧ ਚੜ੍ਹ ਕੇ ਜਿਹੜਾ ਨਸ਼ਾ ਮੁਕਤ ਕਰਕੇ ਆਪਣੀ ਪੰਜਾਬ ਦੀ ਜਿਹੜੀ ਲੜਾਈ ਲੜ ਸਕੇ। ਲੋਕ ਜਿਹੜੇ ਆ ਪੰਜਾਬ ਪੱਖੀ ਜਿਹੜੀ ਰਾਜਨੀਤੀ ਉਹਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਅਤੇ ਉਹ ਇੱਕੋ ਇੱਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਉਹ ਰੂਪ ਦੇਖ ਰਹੇ ਆ। ਜਿੰਨੇ ਲੋਕ ਆ ਸਾਡੀਆਂ ਧੀਆਂ ਭੈਣਾਂ ਦਾ ਜਿਹੜਾ ਪਿਛਲੇ 75 ਸਾਲ ਤੋਂ ਇੱਕੋ ਹੀ ਗੱਲ 'ਤੇ ਅੱਜ ਹਜ਼ਾਰ ਰੁਪਈਏ ਦੀ ਗੱਲ ਕਰਤੀ ਜਾਂ ਹੋਰ ਕਰਤੀ, ਅੱਜ ਪੰਜਾਬ ਦੀ ਜਿਹੜੇ ਲੋਕਾਂ ਦੀ ਆਵਾਜ਼ ਆ ਉਹ ਉਹਨਾਂ ਜਾਗ ਚੁੱਕੇ ਆ, ਉਹ ਕਹਿੰਦੇ ਵੀ ਸਾਡਾ ਦਾਲ ਆਟਾ ਜਾਂ ਸਾਡੀਆਂ ਜੁੰਟਾਂ ਮਾਫ ਜਾਂ ਸਾਡੇ ਹਜ਼ਾਰ ਸਾਡੇ ਪੰਜਾਬ ਦੀ ਮੰਗ ਨਹੀਂ ਆ, ਸਾਡੇ ਪੰਜਾਬ ਦੀ ਅਸਲ ਮੰਗ ਜਿਹੜੇ ਸਾਡੇ ਮਾਵਾਂ ਪਿੰਡਾਂ ਵਿੱਚ ਕਰਲਾ ਰਹੀਆਂ ਨੇ, ਜਿਹੜੀਆਂ ਜਿਹੜੇ ਛੋਟੇ ਛੋਟੀ ਉਮਰ ਦੇ ਬੱਚੇ ਬਾਂਹ ਦੇ ਵਿੱਚ ਟੀਕੇ ਲੱਗੇ ਰਹਿ ਜਾਂਦੇ ਆ ਅਤੇ ਨਸ਼ਿਆਂ ਨਾਲ ਚੜ੍ਹਾਈ ਕਰ ਜਾਂਦੇ ਆ, ਅਤੇ ਮਾਵਾਂ ਜਿਹੜੀਆਂ ਨੇ ਧੀਆਂ ਭੈਣਾਂ ਦੇ ਵਿੱਚ ਉਹ ਉਤਸ਼ਾਹ ਆ ਬਈ ਇਸ ਵਾਰ ਕੋਈ ਬਦਲਾਵ ਕੋਈ ਪੰਜਾਬ ਪੱਖੀ ਹੋਵੇ ਜਿਹਦੇ ਨਾਲ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਜਿਹੜੀ ਬਚ ਸਕੇ,
ਜਿਹੜੇ ਸਾਡੇ ਬੱਚੇ ਇੱਥੇ ਮਾਈਗ੍ਰੇਟ ਹੋ ਕੇ ਬਾਹਰ ਜਾ ਰਹੇ ਨੇ ਵੱਧ ਚੜ੍ਹ ਕੇ, ਉਹਨਾਂ ਨੂੰ ਇੱਥੇ ਜਦ ਰੋਜ਼ਗਾਰ ਜੇ 70% ਕੋਈ ਕੋਟਾ ਜਾਂ ਕੁਛ ਮਿਲੇ, ਜੇ ਉੱਥੇ ਲੀਡਰ ਕੋਈ ਵਧੀਆ ਮਿਲਣ, ਸੋ ਇਹ ਜਿਹੜਾ ਬਦਲਾਵ ਤਾਂ ਹੀ ਆ ਸਕਦਾ। ਅਤੇ ਇਸ ਕਰਕੇ ਬਦਲਾਵ ਦੀ ਜਿਹੜੀ ਲਹਿਰ ਪੰਜਾਬ ਦੇ ਜੇ ਪਿਛਲੇ ਕਈ ਸਾਲਾਂ ਜਿਹੜਾ ਕੋਸ਼ਿਸ਼ ਕਰ ਰਹੇ ਆ, ਇਸ ਵਾਰ ਮੈਨੂੰ ਲੱਗਦਾ ਵੀ ਸਾਥ ਜਿਹੜਾ ਵਾ ਉਹ ਦੇਣਗੇ, ਕਿਉਂਕਿ ਚਾਰੋਂ ਪਾਸੇ ਲੋਕ ਜਿਹੜੇ ਆ ਜਾਂ ਰਾਜਨੀਤਿਕ ਲੋਕ ਉਹ ਵੀ ਭਾਵ ਨਹੀਂ ਰਹੇ ਵੀ ਅੱਜ ਲੋਕਾਂ ਦੀ ਆਵਾਜ਼ ਕੀ ਆ, ਉਹ ਜਿਹੜੀ ਆਵਾਜ਼ ਆ ਉਹ 4 ਤਰੀਕ ਨੂੰ ਨਿਕਲੂਗੀ ਅਤੇ ਉਹ ਦੱਸਣਗੇ ਵੀ ਕਿਹਦੇ ਨਾਲ ਖੜ੍ਹੇ ਆ। ਸਿਮਰਜੀਤ ਸਿੰਘ ਮਾਨ ਹਮੇਸ਼ਾ ਪੰਜਾਬ ਪੱਖੀ ਲੋਕਾਂ ਦਾ ਸਾਥ ਦਿੰਦੇ ਰਹੇ ਆ। ਜਦੋਂ ਵੀ ਕਦੇ ਕਿਸੇ ਨੂੰ ਲੋੜ ਪਈ ਹੈ, ਜਦੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ 26 ਜਨਵਰੀ ਦੇ ਵਿੱਚ ਗਦਾਰ ਕਿਹਾ ਜਾ ਰਿਹਾ ਸੀ, ਉਦੋਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨਾਲ ਲਈ ਹਾਂ ਦਾ ਨਾਰਾ ਮਾਰਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਵੀ ਇਹ ਸਾਡੇ ਕੌਮ ਦੇ ਹੀਰੇ ਆ, ਜੇ ਕਿਸੇ ਨੂੰ ਕੋਈ ਲੋੜ ਆ ਤਾਂ ਕੋਈ ਗੱਲ ਆ ਤਾਂ ਸਾਡੇ ਨਾਲ ਕਿ ਗੱਲ ਕਰੇ, ਮੈਂ ਇਹਨਾਂ ਨੂੰ ਭੇਜਿਆ, ਮੇਰੇ 'ਤੇ ਪਹਿਲਾਂ ਪਰਚਾ ਦਰਜ ਕਰੋ। ਸੋ ਸਰਦਾਰ ਸਿਮਰਜੀਤ ਸਿੰਘ ਮਾਨ ਹਮੇਸ਼ਾ ਉਹਨਾਂ ਲੋਕਾਂ ਲਈ ਹਾਂ ਦਾ ਨਾਰਾ ਮਾਰਦੇ ਆ ਜਿਹੜੇ ਪੰਜਾਬ ਲਈ, ਆਪਣੇ ਪੰਜਾਬ ਦੇ ਲੋਕਾਂ ਲਈ, ਪੰਥ ਲਈ ਜਿਹੜੇ ਤਤਪਰ ਰਹਿੰਦੇ ਆ, ਉਹਨਾਂ ਦੀ ਲੜਾਈ ਸਿਮਰਜੀਤ ਸਿੰਘ ਮਾਨ ਪਿਛਲੇ 40 ਸਾਲ ਤੋਂ ਲਗਾਤਾਰ ਲੜਦੇ ਆ ਰਹੇ ਆ ਅਤੇ ਉਹਨਾਂ ਲਈ ਹਾਂ ਦਾ ਨਾਰਾ ਮਾਰਦੇ ਆ ਰਹੇ। ਅਸੀਂ ਤਾਂ ਇੱਕੋ ਹੀ ਕਹਾਂਗੇ ਬਈ ਆਪਾਂ ਆਪਣੇ ਜਿਹੜੇ ਹੁਣ ਤੱਕ ਕੱਟੜਤਾ ਜਾਂ ਹੋਰ ਚੀਜ਼ਾਂ ਦਾ ਸਾਨੂੰ ਸਾਡੀ ਪਾਰਟੀ ਦੇ ਟੈਗ ਲਾਉਂਦੇ ਰਹੇ ਆ, ਅਸੀਂ ਇੱਕੋ ਹੀ ਸਾਡੀ ਪਾਰਟੀ ਦਾ ਜਿਹੜਾ ਹੈਗਾ ਵੀ ਮੇਰੀ ਪੀਰੀ ਦੇ ਸਿਧਾਂਤ ਦੇ ਜਿਹੜਾ ਚੱਲ ਕੇ ਤੁਸੀਂ ਸਾਡਾ ਸਾਥ ਦਿਓ। ਅਸੀਂ ਕਹਿੰਦੇ ਹਾਂ ਵੀ ਪੰਜਾਬ ਅਤੇ ਪੰਜਾਬੀਅਤ ਜਿਹੜੀ ਸਾਨੂੰ ਇੱਕ ਦੂਜੇ ਨਾਲ ਜੋੜਦੀ ਆ, ਪਹਿਲਾਂ ਅਸੀਂ ਉਹਦੇ ਹੋਈਏ, ਉਹ ਤੋਂ ਬਾਅਦ ਜਿਹੜੇ ਆਪਣੇ ਆਪਣੇ ਧਰਮਾਂ ਦੇ ਪੱਕੇ ਹੋਈਏ ਅਤੇ ਉਹ ਤੋਂ ਬਾਅਦ ਜਿਹੜੀ ਸਾਡੀ ਨੌਜਵਾਨੀ ਦੀ ਜਿਹੜੀ ਲੜਾਈ, ਵੱਡੀ ਲੜਾਈ ਆ, ਉਹ ਅਸੀਂ ਲੜ ਸਕੀਏ। ਇਹਨਾਂ ਲੀਡਰਾਂ ਨੇ ਜਿਹੜੇ ਦਿੱਲੀ ਤੋਂ ਚੱਲੇ ਹੋਈ ਪਾਰਟੀਆਂ ਨੇ, ਇਹਨਾਂ ਨੇ ਸਾਨੂੰ ਪਿਛਲੇ 75 ਸਾਲ ਤੋਂ ਕੁਛ ਨਹੀਂ ਦਿੱਤਾ, ਸਾਨੂੰ ਲਾਰੇ ਲਾਏ ਆ, ਅਤੇ ਇੱਕ ਵਾਰ ਪੰਜਾਬ ਪੱਖੀ ਰਾਜਨੀਤੀ ਨੂੰ ਸੁਰਜੀਤ ਕਰਕੇ ਵੇਖੋ, ਜਿਹੜਾ ਖਾਲਸਾ ਰਾਜ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਏ ਹਾਂ ਨਾ, ਉਹ ਖਾਲਸਾ ਰਾਜ ਤੁਹਾਨੂੰ ਇੱਥੇ ਹੀ ਪੰਜਾਬ ਦੀ ਧਰਤੀ 'ਤੇ ਮਿਲੂਗਾ, ਬਹੁਤ ਜਲਦ ਮਿਲੂਗਾ।